ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਸਥਾਨ ਗੁਰਦੁਆਰਾ ਦੁੱਖ ਨਿਵਾਰਨ ਗੁਰੂ ਕਾ ਤਾਲ ਆਗਰਾ, ਜਿਸ ਸਥਾਨ 'ਤੇ ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਚਾਰ ਗੁਰੂ ਸਾਹਿਬਾਨਾਂ ਨੇ ਇਸ ਪਾਵਨ ਪਵਿੱਤਰ ਧਰਤੀ 'ਤੇ ਚਰਨ ਪਾਏ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਤਿਲਕ ਜੰਝੂ ਰਾਖਾ ਪ੍ਰਾਪਤ ਆਕਾ, ਕਿਨੋਂ ਵੱਡੋ ਕਲੂ ਮੈਂ ਸਾਕਾ, ਧਰਮ ਹੇਤ ਜੀ ਤੀਹ ਦਿਨ ਕਰੀ ਸੀਸ ਦੀ ਹੈ ਪਰਸੀ ਨਦੀ ਪੁੱਚਰੀ। ਐਸੇ ਪਾਵਨ ਪਵਿੱਤਰ ਸਥਾਨ ਤੋਂ ਸਤਿਗੁਰੂ ਪਾਤਸ਼ਾਹ ਨੇ ਗ੍ਰਿਫਤਾਰੀ ਦਿੱਤੀ, ਜੋ ਉਹਨਾਂ ਦੀ ਯਾਦ ਵਿੱਚ ਇਹ ਸਥਾਨ ਬਣਿਆ। ਥੱਲੇ ਭੋਰਾ ਸਾਹਿਬ, ਜਿੱਥੇ ਸਤਿਗੁਰੂ ਪਾਤਸ਼ਾਹ ਨਜ਼ਰਬੰਦ ਰਹੇ, ਉਸੇ ਸਮੇਂ ਦਾ ਬਣਿਆ ਹੋਇਆ। ਬਾਰਾਂਦਰੀ, ਜਿੱਥੇ ਦਰਬਾਰ ਸਾਹਿਬ ਹੈ, ਉੱਪਰ ਇਹ ਵੀ ਪੁਰਾਤਨ ਇਮਾਰਤ ਹੈ, ਮਹਾਰਾਜ ਦੇ ਆਉਣ ਤੋਂ ਪਹਿਲਾਂ ਦਾ ਇਹ ਸਥਾਨ ਬਣਿਆ ਹੋਇਆ। ਪਹਿਲਾਂ ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰਦੁਆਰਾ ਮੰਜੀ ਸਾਹਿਬ ਜਿੱਥੇ ਬਣਿਆ ਸਾਹਮਣੇ, ਉਸ ਸਥਾਨ 'ਤੇ ਆ ਕੇ ਬਿਰਾਜਮਾਨ ਹੋਏ। ਉੱਥੋਂ ਹਸਨ ਅਲੀ ਨੂੰ ਅੰਗੂਠੀ 'ਤੇ ਦੁਸ਼ਾਲਾ ਦੇ ਕੇ ਭੇਜਿਆ, ਉਹਦੇ ਹੱਥੋਂ ਗ੍ਰਿਫਤਾਰੀ ਦਿੱਤੀ। ਉਹਨੂੰ 500 ਮੋਹਰ ਇਨਾਮ ਜੋ ਔਰੰਗਜ਼ੇਬ ਨੇ ਰੱਖੀ ਸੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋ ਵੀ ਹਿੰਦੂਆਂ ਦੇ ਪੀਰ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਗ੍ਰਿਫਤਾਰ ਕਰਾਏਗਾ, ਉਹਨੂੰ 500 ਮੋਹਰ ਇਨਾਮ ਮਿਲੇਗੀ। ਉਸ ਗਰੀਬ ਹਸਨ ਅਲੀ ਨੂੰ ਮਹਾਰਾਜ ਨੇ ਉਹਦੇ ਹੱਥੋਂ ਗ੍ਰਿਫਤਾਰੀ ਦੇ ਕੇ ਉਹਨੂੰ 500 ਮੋਹਰ ਇਨਾਮ ਦਵਾਈ। ਐਸੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਦੁੱਖ ਨਿਵਾਰਨ ਗੁਰੂ ਕਾ ਤਾਲ, ਜਿੱਥੇ 24 ਘੰਟੇ ਲੰਗਰ ਚੱਲਦਾ, ਦੇਸ਼ ਵਿਦੇਸ਼ ਤੋਂ ਸੰਗਤਾਂ ਸੈਲਾਨੀ ਸਾਰੇ ਆ ਕੇ ਇਸ ਸਥਾਨ 'ਤੇ ਨਤਮਸਤਕ ਹੁੰਦੇ ਨੇ, ਦਰਸ਼ਨ ਕਰਦੇ ਨੇ। ਗੁਰੂ ਕਾ ਜਿੱਥੇ ਸ਼ਬਦ ਦਾ ਪ੍ਰਚਾਰ ਹੋ ਰਿਹਾ, ਬਾਣੀ ਔਰ ਸਰਵਣ ਕਰਦੀਆਂ ਸੰਗਤਾਂ, ਉਹਦੇ ਨਾਲ ਨਾਲ ਤਨ ਦੀ ਖੁਰਾਕ ਅਤੇ ਮਨ ਦੀ ਖੁਰਾਕ ਦੋਨੋਂ ਹੀ ਖੁਰਾਕਾਂ ਜਿਹੜੀਆਂ ਇੱਥੋਂ ਪ੍ਰਾਪਤ ਹੁੰਦੀਆਂ ਨੇ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਸਾਰੀਆਂ ਸੰਗਤਾਂ ਜਿਹੜੇ ਜਿਹੜੇ ਵੀ ਗੁਰਮੁਖ ਜਨਮ ਆਏ ਭਾਈ ਇਸ ਸਥਾਨ ਦੇ ਦਰਸ਼ਨ ਕਰਨਾ ਚਾਹੁਣ, ਜਦੋਂ ਵੀ ਆ ਰਹੇ ਹੋਣ ਗੁਰਦੁਆਰਾ ਗੁਰੂ ਕਾ ਤਾਲ, ਜ਼ਰੂਰ ਆ ਕੇ ਦਰਸ਼ਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।